ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 3 ਗਾਵਾਂ ਸੇਲ ਲਈ ਲੈ ਕੇ ਆਏ ਜੀ। ਗਾਵਾਂ ਤਾਂ ਬਈ ਵੱਧ ਸੀਗੀਆਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਕੁਛ ਵਿਕ ਗਈਆਂ, ਤੇ 2 ਬਈ ਤਾਜ਼ੀਆਂ ਸੂਈਆਂ, 1 ਗੱਭਣ। ਆਓ ਪੁੱਛ ਲੈਣੇ ਬਾਈ ਤੁਹਾਡੇ ਅੱਜ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਬਾਬਾ ਜੀ ਠੀਕ ਹੋ ਜੀ? ਹੋਰ ਠੀਕ ਹੋ ਜੀ, ਵਧੀਆ। ਹਾਂਜੀ ਹਾਂ ਵਧੀਆ ਜੀ, ਵਧੀਆ ਚੱਲਦਾ ਕੰਮ ਕਾਰ। ਹਾਂਜੀ ਹਾਂ, ਕਿਰਪਾ ਬਾਬੇ ਨਾਨਕ ਦੀ ਪੂਰੀ ਵਧੀਆ ਜੀ। ਮਾਲ ਲਿਆਏ ਸੀਗੇ ਠੀਕ ਆ 12 ਦਿਨਾਂ ਬਾਅਦ। ਹੂੰ, ਤੇ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਬਸ। ਠੀਕ ਆ, ਮਾਲ ਸੇਲ ਹੋ ਗਿਆ। ਕਿੰਨੀਆਂ ਰਹਿ ਗਈਆਂ ਹੁਣ? 3 ਰਹਿ ਗਈਆਂ। ਰਹਿ ਗਈਆਂ ਆਈ, ਬਸ ਇਹ ਆਈ ਜਾਂਦਾ ਫੋਨ ਆ ਬਾਈ ਸਾਈ ਪਾਉਂਦੇ ਆਗੇ ਆ ਬੈਠ ਦੀ। ਠੀਕ ਆ, ਬਾਕੀ ਚਲੋ ਹੁਣ ਜਿਹਦੇ ਕਰਮਾਂ ਚ ਹੋਈ ਹੈ ਨਾ। ਹਾਂ ਕੋਈ ਨਹੀਂ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਵਰਦ ਹੈ, ਕਿਹੜਾ ਸੂਆ ਸੂਈ ਆ? ਸੂਆ ਦੂਜਾ ਬਾਬਾ ਜੀ, ਕੱਲ ਸਵੇਰੇ ਸੂਈ ਆ ਜੀ। ਠੀਕ ਆ, ਜੇਰ ਪੈ ਗਈ? ਜੇਰ ਜੂਰ ਪੈ ਗਈ? ਜੇਰ ਜੂਰ ਦੀ ਫੁੱਲ ਗਰੰਟੀ ਆ, ਓਕੇ ਆ। ਜਮਾ ਬੱਚੀ ਠੰਡੀ ਹੁੰਦੀ ਬਹੁਤ ਆ ਗਈ, ਕੋਈ ਐਸੀ ਗੱਲ ਨੀ। ਬੱਚਾ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਿੰਦੇ, ਮਗਰੋਂ ਤੋੜ ਦੇਗੇ। ਠੀਕ ਆ, ਮੱਛੀ ਮੰਗ ਰਿਹਾ ਜੀ। ਠੀਕ ਆ, ਕੱਲ ਸੂਈ ਆ ਬਾਬਾ ਜੀ। ਠੀਕ ਆ ਜੀ, ਤੇ ਨਾਮ ਤੇ ਐਡਰੈਸ ਬੋਲ ਦੋ ਨਾਲ ਦੀ ਨਾਲ ਜੀ। ਨਾਮ ਹੈਗਾ ਜੱਗੀ ਜੀ, ਨਾਮ ਤਾਂ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ ਨਾਮ ਦਾ ਸਾਰਿਆਂ ਨੂੰ ਪਤਾ ਹੀ ਆ। ਠੀਕ ਆ, ਜੱਗੀ ਆ ਜੀ, ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਤੇ। ਠੀਕ ਆ ਬਾਈ। ਮੋਬਾਈਲ ਨੰਬਰ ਬੋਲ ਦੋ। 98153-6107 ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਚੰਗੀ ਆ ਬੈਡ, ਜਾਤ ਬਰੀਡ ਫੁੱਲ ਚੰਗੀ ਆ, ਬਾਕੀ ਧਾਰਾਂ ਜਿਹੜੀਆਂ ਮਾਰ ਕੇ ਦਿਖਾਉਂਦੇ। ਬੱਚਾ ਕੀ ਦਿੱਤਾ ਇਹਨੇ ਬਾਈ? ਬੱਚੀ ਆ ਜੀ, ਬੱਚੀ ਬੱਚਾ ਬੜੀ ਚੰਗੀ ਆ ਹਨਾ। ਬੱਚੀ ਬਹੁਤ ਪਿਆਰੀ ਆ, ਜਰਸੀ ਬੱਚੀ ਆ ਜੀ। ਬੱਚੀ ਨੂੰ ਦਿੱਤਾ ਜਰਸੀ ਬੱਚੀ ਆ, ਬੱਚੀ ਵੀ ਬਹੁਤ ਚੰਗੀ ਆ। ਮੈਂ ਕਿਹਾ ਗਾਂ ਵੀ ਬਹੁਤ ਚੰਗੀ ਆ ਡੈਡ ਸਾਹਿਬ, ਗਾਂ ਨਾ ਐ ਮੰਨ ਲਓ ਚਾਹੇ ਕੋਈ 10 ਸੂਏ ਚੋਲਵੇ। ਠੀਕ ਆ, ਬੁੜੀ ਹੋਣ ਵਾਲੀ ਗਾਂ ਨਹੀਂ ਹੈਗੀ। ਸਹੀ ਗੱਲ ਆ, ਬਾਕੀ ਨਿਆਣੇ ਨੂਣੇ ਦੀ ਬਹੁਤ ਠੰਡੀ ਆ ਬਚਾਰੀ। ਠੀਕ ਆ, ਲੈ ਨਿਆਣੇ ਦੀ ਵੀ ਬਾਈ ਪੂਰੀ ਠੰਡੀ ਆ, ਜਿਵੇਂ ਮਰਜ਼ੀ ਪਾਲਾ, ਕੋਈ ਚੱਕਰ ਹੀ ਨੀਗਾ। ਤੇ ਬਾਕੀ ਧਾਰਾਂ ਦਿਖਾਉਂਦੇ, ਚਵਾਈ ਬਾਈ ਕਹਿੰਦਾ ਨੰਬਰ 1 ਆ ਗਈ। ਮੈਂ ਕਿਹਾ ਕਾਫੀ ਨੀ ਚਵਾਈ ਚੂਈ ਤਾਂ ਤੂੰ ਬਸ ਐ ਮੰਨ ਲਾ ਵੀ। ਠੀਕ ਆ, ਜਿਹੜੇ ਵੀਰ ਨੇ ਵੀਡੀਓ ਚੰਗੀ ਤਰ੍ਹਾਂ ਦੇਖ ਲਈ ਸੁਮਾਰ ਕੇ, ਉਹਨੇ ਬਸ ਪੈਸੇ ਅਕਾਊਂਟ 'ਚ ਪਾਉਣੇ ਆ। ਠੀਕ ਆ, ਚਵਾਈ ਚਵਾਈ ਦਾ ਬਾਈ ਕਹਿੰਦਾ ਇੰਨੀ ਚੰਗੀ ਆ ਚਵਾਈ, ਚਾਰੇ ਸਮੇਂ ਦਾ ਪਸ਼ਮਾ ਪਸ਼ਮੂ ਜਮਾ ਦਿਖਾ ਦੇ ਲੈ ਇੱਕੋ ਜਾਨ ਨਹੀਂ ਹੈਗਾ ਦੇਖੋ ਸਰ ਚਵਾਈ ਦੇ। ਕਿਆ ਬਾਤ ਆ ਨਾ, ਚਵਾਈ ਗੰਨੇ ਵਰਗੀ ਚਵਾਈ ਆ ਬਾਈ। ਲੈ ਮਰਜ਼ੀ ਧਾਰਾ ਮਾਰੀ, ਚੱਲ ਕੋਈ ਚੱਕਰ ਨਹੀਂ, ਪਛਾਣ ਹੀ ਦਿਖਾ ਨਾ। ਲੈ ਚਵਾਈ ਦੇਖੋ ਬਾਈ, ਕਿਆ ਬਾਤ ਆ, ਬੜੀ ਭੋਲੀ ਆ ਨਾ ਚਵਾਈ। ਮੈਂ ਕਿਹਾ ਚਵਾਈ ਦੀ ਬੜੀ ਭੋਲੀ ਆ ਡਾਕਟਰ ਸਾਹਿਬ, ਜਿਵੇਂ ਮਰਜ਼ੀ ਕੋਈ ਵੀ ਧੀ ਭੈਣ ਚੋਲ ਲਵੇ ਕੋਈ ਇਹਨਾਂ ਦਿੱਕਤ ਨਹੀਂ ਹੋਊਗੀ। ਠੀਕ ਆ, ਚੋਈ ਲੈ ਜਾਊਗੀ, ਥਣ ਵੀ ਮੁੱਠੀ ਵਾਲਾ ਪੂਰਾ ਟੌਪ ਦਾ ਹੀ। ਆਰਡਰ ਵੀ ਬੜਾ ਚੰਗਾ ਬਾਈ ਹਨਾ, ਤੋੜ ਦੇ ਬਾਈ ਮੜੇ ਨਾੜਾਂ ਨੂੜਾਂ ਫੁੱਲ ਚੰਗੀਆਂ, ਕੱਲਾ ਕੱਲਾ ਥਣ ਤੇ ਸੂਈ ਸਵਾਈ ਬੱਚਾ, ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ, ਬੱਚੀ ਵੀ ਕੁਆਲਿਟੀ ਵਾਲੀ ਆ, ਮਾਂ ਵੀ ਪੂਰੀ ਕੁਆਲਿਟੀ ਵਾਲੀ ਆ, ਨਾਲ ਵੀ ਕੁਆਲਿਟੀ ਵਾਲੀ ਆ। ਕਿੰਨਾ ਦੁੱਧ ਦੇ ਦੂਗਾ ਐਸਟੀਮੇਟ? 20 ਕਿਲੋ ਦੁੱਧ ਦੇਣਾ ਚਾਹੀਦਾ ਜਿਹੜਾ ਅਸਲੇ ਦਾ, ਹੁਣ ਬੌਲੇ ਤੋਂ ਇਹ 12-13 ਕਿਲੋ ਤੋਂ ਸਟਾਰਟਿੰਗ ਆ। ਠੀਕ ਆ, ਜਿਹੜੀ ਮਰਜ਼ੀ ਨਸਲ ਬਣਾ ਲੋ ਇਹਦੇ ਤੋਂ ਬਾਈ। ਸਹੀ ਗੱਲ ਆ ਬਾਈ ਦੀ, ਜਰਸੀ ਬਣਾ ਲੋ, ਐਚਐਫ ਬਣਾ ਲੋ, ਸਾਹੀਵਾਲ ਬਣਾ ਲੋ, ਜਿਹੜੀ ਮਰਜ਼ੀ ਨਸਲ ਪੈਦਾ ਕਰ ਲੋ ਇਹ ਤੋਂ। ਆਰਡਰ ਦੇਖੋ, ਆਰਡਰ ਬੜਾ ਕਮਾਲ ਆ ਬਾਈ ਕਰਮ ਵਾਲੀ ਦਾ, ਬਹੁਤ ਸੋਹਣਾ ਆਰਡਰ ਤਿਆਰ ਕਰਿਆ। ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਚਾਰੇ ਥਣ ਪੂਰੇ ਵਿੱਤੀ ਪਏ। ਮੁੱਲ ਭਰਾ ਇਹਦਾ? ਬਸ ਡਾਕਟਰ ਸਾਹਿਬ ਮੁੱਲ ਨਹੀਂ ਆਪਾਂ ਇਹਦਾ ਕਰਦੇ, ਬਸ ਆਏ ਵੀਰ ਦਾ 500-400 ਰੁਪਇਆ ਮੁੱਲ ਕਰ ਦੇਗੇ, 60,000 ਦੀ ਦੇ ਦੇਗੇ ਜਮਾ। ਮੈਂ ਇਹ ਪਹਿਲਾਂ 75-75 ਦੀਆਂ ਵੇਚੀਆਂ ਪਹਿਲਾਂ, ਬਾਬਾ 20 ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਅੱਜ। ਠੀਕ ਆ, ਜਮਾ ਜਾਇਜ਼ ਮੁੱਲ 67,000 ਕਿ 68,000?
ਆਪਣੀ ਫੁੱਲ ਗਰੰਟੀ ਹੋਊਗੀ, ਆਪਣੀ ਵਹਿਣ ਧਰੋਂ ਵਾਪਸ ਕਰ ਦਿਓ ਜੇ ਕੋਈ ਥਾਣੇ ਵਿੱਚ ਨੁਕਸ਼ ਹੋਵੇ। ਠੀਕ ਆ ਬਾਈ, ਅੱਗੇ ਵੀਰੇ ਦੋ ਨੰਬਰ ਗਰਲੈਂਡੋ ਤੇ ਗਰਲੈਂਡੋ ਤੜਕੇ ਸੂਈ ਆ। ਠੀਕ ਆ, ਜੇਰ ਜੱਪੇ ਦੀ ਇਹਦੀ ਵੀਡੀਓ ਓਕੇ ਹੈਗੀ, ਹੈਗੀ ਆਪਣੇ ਕੋਲੇ ਸਵੇਰੇ ਸੂਈ ਆ, ਆਪਾਂ ਪਾਈ ਵੀ ਹੋਈ ਆਪਣੇ ਆਪ ਦੇ ਚੈਨਲ ਤੇ ਸੁਬਾਹ ਜੀ। ਠੀਕ ਆ, ਬੱਚਾ ਕੀ ਆ? ਬੱਚੀ ਆ ਜੀ, ਬੱਚੀ ਬੱਚੀ ਆ। ਠੀਕ ਆ ਬਾਈ, ਪਿਓ ਦੋ ਦਿਨ ਦਾ ਦਰਸਲ ਕਦੋਂ ਵੀ ਕਹਿ ਦਿੰਦੇ ਨੇ। ਠੀਕ ਆ, ਕਿ ਕਿਉਂ ਦੁਖੀ ਆ? ਲੈ ਨੰਦ ਬਾਈ ਕਹਿੰਦਾ ਦਿਖਾ ਦਿੰਦੇ ਆ। ਠੀਕ ਆ ਬਾਈ, ਫੇਸ ਬੜਾ ਚੰਗਾ, ਯਾਦ ਬਰੀਡ ਫੁੱਲ ਚੰਗੀ ਆ, ਮਿਲਦੀ ਬਹੁਤ ਘੱਟ ਆ ਨਸਲ ਬਾਈ ਗਰਲੈਂਡੋ ਆ। ਜਿਹੜੀ ਇਹ ਨਸਲ ਆ ਡਾਕਟਰ ਸਾਹਿਬ, ਗੱਲ ਤੁਹਾਡੇ ਲਈ ਸਹੀ ਆ, ਨਸਲ ਮਿਲਦੀ ਹੈ ਨੀ, ਮਿਲਦੀ ਹੈ ਨੀ। ਮਤਲਬ ਅੱਜ ਦੇ ਸਮੇਂ ਦੀ ਜਿਹੜੀ 2-3 ਲੱਖ ਵਾਲੀ ਮੱਝ ਆ, ਇਹ ਸਹੀ ਗੱਲ ਆ, ਦੁੱਧ 18-20 ਕਿਲੋ ਖੁੱਲਾ ਕੱਢ ਦੂਗੀ। ਜੇ ਆਪਾਂ 3 ਲੱਖ ਵਾਲੀ ਮੱਝ ਲਿਆਉਂਦੇ ਹਾਂ, ਠੀਕ ਹੈ ਜੀ, ਉਹ ਕੱਢਦੀ ਆ 18-20 ਕਿਲੋ ਦੁੱਧ, ਜਿਹੜਾ ਇਹਨੇ ਕੱਢਣਾ ਫੈਟ ਵਾਲਾ। ਜਾਤ ਬਰੀਡ ਫੁੱਲ ਚੰਗੀ ਆ, ਗਰਮੀ ਆ ਜਿਹੜੀ ਬਿਲਕੁਲ ਨੀ ਬਣਨੀ, ਫੈਂਟ ਪੂਰੀ ਚੰਗੀ। ਉਹ ਗੱਲ ਬਾਈ ਦੀ ਸਹੀ ਆ, ਮੱਝ ਦੇ ਬਰਾਬਰ ਦੁੱਧ ਨਹੀਂ ਕੱਢਦੀ ਬਾਈ ਛੇਤੀ। ਬਾਕੀ ਹੋਰ ਆ ਦੇਖੋ ਹੁਣ ਕਿੰਨੀ, ਨਾਲੇ 5 ਵਜਣ ਵਾਲੇ ਆ ਸਾਢੇ 4, ਸਹੀ ਗੱਲ ਆ, ਲੋਕ ਪੈ ਰਹੇ ਆ ਹਜੇ ਵੀ। ਆ ਹੁਣ ਤਾਂ ਨਾਲ ਤਾਜ਼ੀਆਂ ਗਾਵਾਂ ਨਹੀਂ ਦੁੱਧ ਕੱਢਣਾ, ਜਿਹੜੀਆਂ ਤੋਕੜਾ ਤੋਕੜਾ ਆਪਾਂ ਵੀ ਲੈ ਲੈਂਦੇ 8-10 ਕਿਲੋ ਵਾਲੀਆਂ, ਸਭ ਬਚ ਜਾਂਦੀਆਂ ਨੇ, ਬਚ ਜਾਂਦੀਆਂ ਨੇ ਬਾਈ, ਸਹੀ ਗੱਲ ਆ। ਆਰਡਰ ਦੇਖੋ, ਆਰਡਰ ਬੜਾ ਕਮਾਲ ਆ, ਥਾਣ ਹਵਾਨਾ ਚੰਗਾ, ਕੱਲਾ ਕੱਲਾ ਸੋਨਾ ਕੀ, ਕੋਈ ਵੀ ਵੀਰ ਆਵੇ ਮਤਲਬ ਲਾਭਾ ਨੀ ਆਊਗਾ। ਠੀਕ ਹੈ, ਸੋਨਾ ਕੀ ਜਮਾ ਚਵਾਈ ਚਵਾਈ ਦੀ ਓਕੇ ਆ। ਠੀਕ ਗੱਲ ਹੈ ਬਾਈ, ਬੜਾ ਚੰਗਾ, ਥਾਣ ਬਹੁਤ ਚੰਗਾ, ਕੱਦ ਬੈਡ ਚੰਗਾ, ਯਾਦ ਬਰੀਡ ਫੁੱਲ ਚੰਗੀ ਆ। ਮੁੱਲ ਕੀ ਆ? ਆਪਣੀ ਆਦਤ ਹੋਣਾ ਤੁਹਾਨੂੰ ਪਤਾ, ਆਪਣੀ ਆਦਤ ਦਾ ਆਪਾਂ ਤਾਂ 1000-2000 ਰੁਪਏ ਨਫੇ ਤੇ ਵੀ ਨਾਲ ਦੇ ਮਾਲ ਜਾਈ ਜਾਵੇ, ਸਹੀ ਗੱਲ ਕਰਕੇ ਆਪਣੇ ਕੋਲ 8 ਵਹਿਣਾ ਸੀਗੀਆਂ। ਠੀਕ ਆ, ਅੱਗੇ ਭਰਾ 3 ਨੰਬਰ ਰਾਣੀ ਕੱਚੀ ਕੱਚੀ ਆ ਹਨਾ, ਲੇਵਾ ਦੇਖੋ ਬਈ ਢਿੱਲਾ ਤੁਸੀਂ, ਕੋਈ ਪਾਉਣ ਦੀ ਸਕੀਮ ਨੀ ਸੀ। ਠੀਕ ਆ, ਮੈਂ ਕਿਹਾ ਵੀ ਚਲੋ ਹੁਣ ਤੁਸੀਂ ਆਏ ਹੋ ਹਨਾ, ਦੋ ਰਹਿ ਗਈਆਂ, ਦੋ ਤਾਂ ਪਾਉਂਦੇ ਵੀ। ਪਿੱਠ ਫੁੜਾ ਬਹੁਤ ਚੌੜਾ ਗਾ, ਦੇਖ ਸਕਦੇ ਬਈ ਉੱਤੋਂ ਹੀ ਪੱਧਰ ਪੁੱਧਰ ਆ, ਰੰਗ ਰੂਪ ਘਰਮ ਵਾਲੀ ਦਾ ਬਹੁਤ। ਬਾਕੀ ਇਹ ਜਿਹੜੇ ਸੀਮਣ ਦੀ ਆ, ਜਿਹੜਾ ਇਹਦੇ ਲੱਗਿਆ ਹੋਇਆ ਉਹਦੀ ਪ੍ਰੋਪਰ ਡਿਟੇਲ ਆਪਣੇ ਕੋਲ ਹੈਗੀ ਆ ਜੀ। ਠੀਕ ਆ, ਫਾਰਮ ਚ ਆਈ ਆ ਬੱਚੀ। ਠੀਕ ਆ ਜੀ, ਕੱਚੀ ਜ਼ਰੂਰ ਆ ਬਈ, ਦਿਨ ਬਾਈ ਨੇ ਦੱਸਿਆ ਲੈਂਦੀ ਆ, ਇਹਦੇ ਕੱਚੀ ਕੱਚੀ ਆ। ਜਿਹੜਾ ਬੰਦਾ ਜੇ ਕੋਈ ਵੇਚਣ ਵਾਲਾ ਵੀ ਲੈ ਗਿਆ ਤਾਂ 10 ਦਿਨਾਂ ਨੂੰ ਤੂੰ ਇਹ ਮੰਨ ਲਾ ਵੀ 20,000 ਰੁਪਏ ਦੀ ਗੁੱਟੀ ਆ, ਲੈ ਲਵੇ ਨਫੇ ਦੀ ਇਹ ਚੋਂ। ਸਹੀ ਗੱਲ ਆ ਬਾਈ, ਜਿਹਦੇ ਤਿਆਰ ਹੋ ਗਈ ਤੇ ਇਹ ਲੱਖ ਤੋਂ ਬਾਹਰ ਵਿਕਣੀ ਆ। ਹਾਂ ਬਾਈ, ਇਹਨੇ ਭਰਪੂਰ ਬਹੁਤ ਜਾਣਾ ਲੇਵਾ, ਇਹਨੇ ਕਮਾਲ ਦਾ ਤਿਆਰ ਕਰਨਾ, ਜਿਹੜੇ ਹਿਸਾਬ ਨਾਲ ਢਿੱਲਾ ਨੇ ਥੱਲੇ ਹਨਾ। 2.5 ਕਿਲੋ ਦਾ ਬਲੂਨ ਦਾ ਦਿੱਤਾ ਹੋਇਆ ਡਾਕਟਰ ਸਾਹਿਬ, 2.5 ਲੀਟਰ ਜਬਰ ਗਰੰਟੀ ਆ, 2.5 ਲੀਟਰ ਦਾ ਰਿਕਾਰਡ ਬਾਈ ਨੇ ਦੱਸਿਆ ਇਹਦਾ, ਢਿੱਲਾ ਢੁੱਲਾ ਦਾ ਆਦਮੀ ਆਰਡਰ ਵਾਕਈ ਚੰਗਾ ਤਿਆਰ ਕਰੂ। ਕੀ ਮੁੱਲ ਆ ਫਿਰ ਇਹਦਾ ਬਈ? 80,000 ਦੀ ਆਪਾਂ ਦੇ ਦੇ ਰਹੇ, ਇਹ ਮੁੱਲ ਨਹੀਂ ਕਰਦੇ ਕੋਈ। ਠੀਕ ਆ, ਜਿਹੜੀ ਅੱਜ ਦੇ ਸਮੇਂ ਦੀ ਆ। ਠੀਕ ਆ,
ਜਦੋਂ ਤਿਆਰ ਹੋ ਜੇ ਆਪਣੇ ਕੋਲ ਭਾਗਾਂ ਦੀ ਇਹ ਖੜੀ ਰਹਿ ਗਈ, ਤਿਆਰ ਹੋਈ ਫਿਰ ਆਪਾਂ ਹੋ ਜਾਏ ਸਮੇਂ ਦੇ ਹਿਸਾਬ ਨਾਲ ਵੇਚਾਂਗੇ। ਜੇ ਕੋਈ ਵੀਰ ਇੱਕ ਦੋ ਦਿਨਾਂ ਤੱਕ ਮੰਗਾਉਂਦਾ ਹੈਗਾ, ਦੋ ਚਾਰ ਦਿਨਾਂ ਤੱਕ, ਫਿਰ ਕਰਮਾਲੀ ਨੇ ਬਈ ਫੇਰ ਸੋਹਣਾ ਥਣ ਬਹੁਤ ਚੰਗਾ ਲੱਗਿਆ, ਬੈਡ ਆ ਵੀ ਚੰਗੀ ਆ, ਸੂਈ ਸਵਾਈ ਗਰਮੀ ਬਿਲਕੁਲ ਨੀ ਮੰਨਣੀ, ਜਿੱਥੇ ਮਰਜ਼ੀ ਬੰਨੀ ਰੱਖ ਇਹਨੂੰ ਹੋਣਾ ਬਈ। ਸਾਰੀਆਂ ਬਾਕੀ ਸੋਮਵਾਰ ਨੂੰ ਆਪਣੇ ਕੋਲ ਮਾਲ ਹੋਰ ਆਊਗਾ ਜੀ, ਸੋਮਵਾਰ ਨੂੰ ਤੇ ਮੰਗਲਵਾਰ ਨੂੰ। ਠੀਕ ਆ, ਜਿਹੜੇ ਵੀਰੇ ਵੀਡੀਓ ਦੇਖਦੇ ਆ ਲੰਗਰ ਸੇਲ ਹੋ ਜਾਂਦੇ ਆ ਤਾਂ ਮੰਗਲਵਾਰ ਨੂੰ ਆ ਸਕਦੇ, ਮੰਗਲਵਾਰ ਨੂੰ ਆਪਣੇ ਕੋਲ 15 ਬੇੜਾ ਹੋਣਗੀਆਂ ਹੋਣਗੀਆਂ। ਹਾਂ ਠੀਕ ਆ ਬਈ, ਮੰਗਲਵਾਰ ਦਿਨ ਨੋਟ ਕਰ ਲਓ, ਉਹਦੇ ਬਾਈ ਕੋਲੇ ਬੇੜਾ ਮੇਰੇ ਹਿਸਾਬ ਨਾਲ 15 ਤੋਂ 16 ਗਾਈਆਂ ਹੋਣਗੀਆਂ, ਸਾਰਾ ਮਾਲ ਰਾਜਸਥਾਨ ਦਾ ਮਾਲ ਹੈਗਾ। ਤੇ ਕਿਸੇ ਵੀਰ ਨੂੰ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ, ਧੰਨਵਾਦ।